पर उंगल ना करो बैंस साहब, उंगल ना करो, उंगल उंगल ना करो मेरे वाले, प्लीज करो, मैं उंगल वास्ते कर रहा हूं, उंगल ना करो, तुसी मैं कोई अक्षर क्या, मैं कहा उंगल ना करो, मैंने वैसे गल तुसी उंगल कर, तुसी बड़े को डायरेक्शन नहीं लेनी, मैं उंगल कर नहीं रही, जब मैं जेब के हाथ पौने हैं मैं बोलना या नहीं बोलना। सिमरजीत सिंह बैंस ओएसडी ਨੂੰ ਮਿਲਣ ਗਏ ਹੁਣ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਓਐਸਡੀ ਆ, ਉਹਨਾਂ ਨੂੰ ਮੰਗ ਪੱਤਰ ਦੇਣਗੇ, ਆਪਣਾ ਗੱਲਬਾਤ ਕਰਨਗੇ ਉਹਨਾਂ ਨਾਲ, ਦੇਖਾਂਗੇ ਕਿ ਕੀ ਗੱਲਬਾਤ ਹੁੰਦੀ ਹੈ, ਕਿਉਂਕਿ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜੋ ਵਿਰੋਧ ਕੀਤਾ ਜਾ ਰਿਹਾ ਹੈ ਕਿ ਸੈਸ਼ਨ ਬੁਲਾਉਣ ਪੰਜਾਬ ਦੇ ਮੁੱਖ ਮੰਤਰੀ, ਕਿਉਂਕਿ ਲੋਕ ਇਨਸਾਫ ਪਾਰਟੀ ਮੰਗ ਪੱਤਰ ਲੈ ਕੇ ਆਈ ਹੈ ਆਪਣਾ, ਉਹ ਸੈਸ਼ਨ ਅਸੀਂ 300 ਕਿਲੋਮੀਟਰ ਯਾਤਰਾ ਕੀਤੀ ਜਲਿਆਂਵਾਲਾ ਬਾਗ ਤੋਂ ਸੀਐਮ ਰੈਜੀਡੈਂਸ, ਸਾਈਕਲ ਯਾਤਰਾ ਬੜੀ ਗਰਮੀ ਦੇ ਵਿੱਚ, ਉਹ ਸਾਡੀ ਕੋਈ ਪਾਰਟੀ ਦਾ ਇਸ਼ੂ ਨਹੀਂ ਹੈਗਾ, ਮੇਰਾ ਫੈਮਿਲੀ ਦਾ, ਮੇਰੇ ਦੋਸਤਾਂ ਦਾ ਨਹੀਂ, ਉਹ ਸਟੇਟ ਦਾ ਇਸ਼ੂ ਆ ਜਿਹਦੇ ਲਈ ਕਾਂਗਰਸ ਵੀ ਵਿਰੋਧ ਕਰਦੀ ਹੈ, ਲੋਕਾਂ ਦੇ ਅੰਦਰ ਜਨ ਅੰਦੋਲਨ ਦੀਆਂ ਗੱਲਾਂ ਕਰਦੀ ਹੈ, ਜਦਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਗੋਲਡਨ ਐਬਸੋਲਿਊਟ ਮੈਜੋਰਿਟੀ ਇਨ ਵਿਧਾਨ ਸਭਾ, ਸੋ ਇਹ ਕਾਂਗਰਸ ਸਰਕਾਰ ਦਾ ਜਿਹਦੇ ਕੋਲ ਸ਼ਾਨਾ ਮੱਤਾ ਬਹੁਮਤ ਹੈਗਾ ਵਿਧਾਨ ਸਭਾ ਦੇ ਅੰਦਰ, ਵਿਧਾਨ ਸਭਾ ਦੇ ਅੰਦਰ ਇਸ ਖੇਤੀ ਸੁਧਾਰ ਆਰਡੀਨੈਂਸ ਨੂੰ ਰੱਦ ਕਰਨ ਸੰਬੰਧੀ ਸੈਸ਼ਨ ਤਾਂ ਨਹੀਂ ਹੰਗਾਮੀ ਸੱਦਿਆ, ਹੁਣ 28 ਤਰੀਕ ਦਾ ਲੰਗੜਾ ਵਨ ਡੇ ਸੈਸ਼ਨ ਹੈਗਾ, ਸੋ ਸਾਡੀ ਡਿਮਾਂਡ ਆ ਕਿ ਉਹਦੇ ਵਿੱਚ ਪ੍ਰਸਤਾਵ ਲੈ ਕੇ ਆਓ ਬਹੁਤ ਸੰਮਤੀ ਦੇ ਨਾਲ, ਕਿਉਂਕਿ ਕਾਂਗਰਸ ਖੁਦ ਵਿਰੋਧ ਕਰਦੀ ਹੈ, ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਸਾਰੇ ਵਿਰੋਧ ਦੇ ਵਿੱਚ ਆ, ਸੋ ਇਹਨੂੰ ਰੱਦ ਕਰਕੇ, ਕਿਉਂਕਿ ਸੰਵਿਧਾਨਕ ਰਾਈਟ ਜਿਹੜਾ ਉਹ ਸਾਡੀ ਸਟੇਟ ਦਾ, ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਫੈਡਰਲਿਜ਼ਮ ਨੂੰ ਮਜ਼ਬੂਤ ਕਰਨ ਵਾਸਤੇ ਸੰਵਿਧਾਨ ਦੇ ਕੇ ਗਏ ਆ, 7ਵਾਂ ਸ਼ਡਿਊਲ 14ਵੀਂ ਐਂਟਰੀ ਐਗਰੀਕਲਚਰ ਐਂਡ 7ਵਾਂ ਸ਼ਡਿਊਲ 26ਵੀਂ ਐਂਟਰੀ ਐਗਰੀਕਲਚਰ ਦਾ ਮੰਡੀਕਰਨ ਮਾਰਕੀਟਿੰਗ ਉਹ ਸਟੇਟ ਸਬਜੈਕਟ ਆ, ਉਹਦੇ ਉੱਤੇ ਕੈਪਟਨ ਸਾਹਿਬ ਕਿਉਂ ਸਮਝੌਤਾ ਕਰ ਰਹੇ ਆ ਮੋਦੀ ਗਵਰਨਮੈਂਟ ਦੇ ਨਾਲ, ਇੱਕ ਪਾਸੇ ਲੋਕਾਂ ਦੇ ਵਿੱਚ ਜਨ ਅੰਦੋਲਨ ਅਤੇ ਦੂਸਰੇ ਪਾਸੇ ਜਿਹੜੀ ਤੁਹਾਨੂੰ ਲੋਕਾਂ ਨੇ ਤਾਕਤ ਦਿੱਤੀ ਆ, ਉਸ ਤਾਕਤ ਦੀ ਵਰਤੋਂ ਕਿਉਂ ਨਹੀਂ ਹੋ ਰਹੀ, ਸੋ ਅਸੀਂ ਇਹ ਡਿਮਾਂਡ ਲੈ ਕੇ ਸਿਰਫ 2 ਲੈਜਿਸਲੇਚਰ ਆਏ ਹਾਂ, ਕੋਈ ਸਾਡੇ ਨਾਲ ਤੀਜਾ ਬੰਦਾ ਨਹੀਂ ਹੈਗਾ, ਚੰਗਾ ਹੋਵੇ ਜੇ ਤੁਸੀਂ ਸਾਨੂੰ ਮੁੱਖ ਮੰਤਰੀ ਜੀ ਨਾਲ 5 ਮਿੰਟ ਮਿਲਾ ਦਿਓ, ਬੜੀ ਮਿਹਰਬਾਨੀ ਤੁਹਾਡੀ, ਜਵਾਬ ਦੇਣਗੇ ਜੀ, ਮੈਂ ਦੱਸ ਦਿੱਤਾ ਵੀ ਤੁਸੀਂ ਸਾਨੂੰ ਮਿਲਾ ਦਿਓ, ਬੜੀ ਮਿਹਰਬਾਨੀ ਆ, ਤੁਹਾਡੀ ਜਿਹੜੀ ਡਿਮਾਂਡ ਆ ਜ਼ਰੂਰ ਸੀਐਮ ਸਾਹਿਬ ਤੇ ਚਲੀ ਜਾਏ। ਅੱਛਾ, ਜਿਹੜੀ ਅਸੀਂ ਪਹਿਲੀ ਡਿਮਾਂਡ ਮਿਤੀ 26/6, ਪਹਿਲਾਂ ਤਾਂ ਬੈਂਸ ਸਾਹਿਬ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਮਾਸਕ ਜ਼ਰੂਰ ਲਾਓ ਲੋਕਾਂ ਵਾਸਤੇ ਵੀ, ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ, ਚਲੋ ਮੇਰੀ ਤਾਂ ਤੁਹਾਨੂੰ ਬੇਨਤੀ ਹੈ, ਅਸੀਂ ਸਾਰੇ ਸਾਰੇ ਖੜੇ ਹਾਂ ਸਾਡੇ ਵਾਸਤੇ, ਪਰ ਉਂਗਲ ਨਾ ਕਰੋ ਬੈਂਸ ਸਾਹਿਬ, ਉਂਗਲ ਨਾ ਕਰੋ, ਉਂਗਲ ਨਾ ਕਰੋ ਮੇਰੇ ਵੱਲ, ਮੈਂ ਤੁਸੀਂ ਉਂਗਲ ਸਪੀਚ ਕਰੋ, ਮੈਂ ਸਪੀਚ ਵਾਸਤੇ ਕਰ, ਸਪੀਚ ਕਰੋ, ਮੈਂ ਉਂਗਲ ਵਾਸਤੇ ਕਰ, ਤੁਸੀਂ ਮੈਨੂੰ ਉਂਗਲ ਨਾ ਕਰੋ, ਤੁਸੀਂ ਮੈਂ ਕਿਹਾ ਉਂਗਲ ਨਾ ਕਰੋ, ਮੈਨੂੰ ਵੈਸੇ ਗੱਲ, ਤੁਹਾਡੇ ਕੋਲ ਡਾਇਰੈਕਸ਼ਨ ਨਹੀਂ ਲੈਣੀ, ਮੈਂ ਉਂਗਲ ਕਰਨੀ ਕਿ ਨਹੀਂ ਕਰਨੀ, ਮੈਂ ਜੇਬ 'ਚ ਹੱਥ ਪਾਉਣੇ ਆ, ਮੈਂ ਬੋਲਣਾ ਜਾਂ ਨਹੀਂ ਬੋਲਣਾ, ਉਹ ਮੈਨੂੰ ਸੰਵਿਧਾਨਕ ਰਾਈਟ ਆ ਮੇਰੇ ਕੋਲੇ, ਉਹ ਤੁਸੀਂ ਤੁਸੀਂ ਦੋਸਤ ਆ, ਦੇਖੋ ਤੁਸੀਂ ਤੁਸੀਂ ਜਿਹੜੀ ਕੰਮ ਆ ਤੁਸੀਂ ਨਹੀਂ ਰੋਕ ਸਕਦੇ ਉਹਨੂੰ, ਸੌਰੀ ਤੁਸੀਂ ਰੋਕ ਨਹੀਂ ਸਕਦੇ ਉਹਨੂੰ, ਹਾਂ ਮੈਂ ਉਹੀ ਦੱਸ ਰਿਹਾ, ਹੁਣ ਤੁਸੀਂ ਮਾਸਕ ਦੀ ਗੱਲ ਕੀਤੀ ਆ, ਸੀਐਮ ਸਾਹਿਬ ਮੇਰਾ ਹੱਕ ਬਣਦਾ, ਮੇਰਾ ਥੈਂਕ ਯੂ ਸੀਨੀਅਰ ਐਮਐਲਏ ਹੋ, ਤੁਹਾਡਾ ਤੁਹਾਡੇ ਹਾਂ ਬਸ, ਅਸੀਂ ਮਾਸਕ ਲਈ ਡਿਸਟੈਂਸਿੰਗ ਲਈ ਬੜੇ ਅਵੇਅਰ ਆ, ਅਸੀਂ ਇਸੇ ਕਰਕੇ ਸਰਕਾਰ ਨੂੰ ਅਵੇਅਰ ਕਰਨਾ ਹੈ ਵੀ ਉਹ ਤੁਹਾਡੀ ਤਾਕਤ ਹੈ, ਤੁਹਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ, ਇਹ ਤਾਕਤ ਦਾ ਇਸਤੇਮਾਲ ਪੰਜਾਬ ਦੇ ਕਿਸਾਨ ਦਲਿਤ ਖੇਤ ਮਜ਼ਦੂਰ ਨੂੰ ਬਚਾਉਣ ਲਈ ਕਰ ਲਓ, ਇਹਦੇ ਨਾਲ ਹੀ ਵਪਾਰ ਵੀ ਬਚੂਗਾ, ਇਹਦੇ ਨਾਲ ਪੰਜਾਬ ਬਚੂਗਾ, ਜਦੋਂ ਕਾਂਗਰਸ ਖੁਦ ਵਿਰੋਧ ਕਰਦੀ ਆ ਫਿਰ ਕਾਂਗਰਸ ਨੂੰ ਪ੍ਰਸਤਾਵ ਲਿਆਉਣ ਦੇ ਵਿੱਚ ਪਰੇਸ਼ਾਨੀ ਕੀ ਹੈ, ਸਾਡੀ ਸਿੰਪਲ ਇਹੀ ਡਿਮਾਂਡ ਹੈ, ਤੁਸੀਂ ਪ੍ਰਸਤਾਵ ਲਿਆਓ ਅਸੀਂ ਹਮਾਇਤ ਕਰਾਂਗੇ, ਸਾਰੀਆਂ ਵਿਰੋਧੀ ਧਿਰਾਂ ਨੂੰ ਲੈ ਕੇ ਤੁਹਾਨੂੰ ਮੈਂ ਪਹਿਲਾਂ ਦਿੱਤਾ, ਮੈਂ ਤੁਹਾਨੂੰ ਇੱਕ ਆ ਦੇ ਸਕਦਾ, ਸਾਈਨ ਕਰ ਦਿੰਦਾ ਇਹਦੇ 'ਚ ਕਹੋ ਤਾਂ, ਨਹੀਂ ਇਹ ਦਿੱਤਾ ਹੋਇਆ ਆਲਰੇਡੀ, 26 ਤਰੀਕ ਹਾਂ ਸੇਮ ਇਹ ਦਿੱਤਾ ਹੋਇਆ, ਇਹ ਆ ਜੇ ਤੁਹਾਨੂੰ ਚਾਹੀਦਾ ਤਾਂ ਮੈਂ ਤੇ ਅਸੀਂ ਦੋਨੋਂ ਜਾਣੇ ਸਾਈਨ ਕਰਕੇ ਤੁਹਾਨੂੰ ਦੇ ਦਿੰਦੇ, ਆਹੀ ਸਾਡੀ ਡਿਮਾਂਡ ਹੈਗੀ, ਇਟ ਇਜ਼ ਅ ਪ੍ਰੋਮਿਸ, ਆ ਸੀਐਮ ਸਾਹਿਬ ਤੋਂ ਹੁਣੇ ਸੀਐਮ ਸਾਹਿਬ ਨੂੰ ਅਵੇਅਰ ਕਰ ਦਿੱਤਾ ਜਾਊਗਾ, ਬਟ ਮੈਂ ਤੁਹਾਨੂੰ ਫਿਰ ਕਹੂੰਗਾ ਮਾਸਕ ਰੱਖਿਓ, ਲੋਕਾਂ ਦਾ ਵੀ ਫਾਇਦਾ, ਤੁਸੀਂ ਤੁਸੀਂ ਸਾਹਿਬ ਨੂੰ ਵੀ ਇੱਕ ਬੇਨਤੀ ਲਾਇਓ ਵੀ ਤੁਸੀਂ ਮਾਸਕ ਬੇਨਤੀਆਂ ਦਾ ਲਾਉਣ ਵਾਸਤੇ ਸਾਰੇ ਹਾਜ਼ਰ ਆ, ਮੈਂ ਤਾਂ ਤੁਹਾਡਾ ਤੁਹਾਡੇ ਵਾਸਤੇ, ਮੈਂ ਵੀ ਮੈਂ ਤਾਂ ਹੀ ਕਿਹਾ ਤੁਸੀਂ ਜਦੋਂ ਆ ਦੇਣ ਜਾਓਗੇ ਉਹਨਾਂ ਨੂੰ ਕਿਹੋ ਵੀ ਤੁਸੀਂ, ਕਿਉਂਕਿ ਜ਼ਿਆਦਾ ਉਮਰ ਵਾਲੇ ਹੋ, ਜ਼ਿਆਦਾ ਉਮਰ ਵਾਲਿਆਂ ਨੂੰ ਥੋੜ੍ਹੀ ਜਿਹੀ ਜ਼ਿਆਦਾ ਪਰੇਸ਼ਾਨੀ ਹੋ ਸਕਦੀ ਹੈ, ਇਸ ਕਰਕੇ ਉਹ ਵੀ ਮਾਸਕ ਪਾ ਕੇ ਰੱਖਣ, ਇਹ ਮੇਰੀ ਸੁਨਿਮਰ ਬੇਨਤੀ ਸੁਜੈਸ਼ਨ ਵੀ ਪਹੁੰਚਦਾ ਕਰੇ।